सुन चाहे जी अज सिद्धू मूसे वाला कांग्रेस च ज्वाइन हो गया तो सुन फिर जटा जे हुण कुत्ती चोरां नाल रली गई आ तां फिर जिहड़े ट्विटर ते फोटो लगी आ ना संतां दी ओह ढा गया उहदी बीबी इंदिरा गांधी दी फोटो चेपदी उत्ते। हाँ जी गल इदां जी कहिंदा कहिंदा कदे यार थोड़ा कदे ओ गदार हो गया कदे यार थोड़ा कदे ओ गदार हो गया बिच राजनीति पैर की अतार हो गया तुसा तीन बार वोटा पा जताई पार्टी ते अज कल्ला मूसे वाला क्यों गदार हो गया कहने ये तां यार पार्टी गदारा वाली है ਕਹਿਣੇ ਇਹ ਤਾਂ ਯਾਰ ਪਾਰਟੀ ਗਦਾਰਾਂ ਵਾਲੀ ਹੈ ਇਹ ਤਾਂ ਸਾਨੂੰ ਮਾਰਦੀ ਜੋ ਮਾਰਾਂ ਵਾਲੀ ਹੈ ਉਹ ਇੱਥੇ ਜਿਹਨੂੰ ਮਿਲੇ ਮੌਕਾ ਹੈ ਉਹਨਾਂ ਛੱਡੇ ਕਸਰਾਂ ਤੁਸੀਂ ਇੱਕ ਦੱਸੋ ਜਿਹੜੀ ਵਫਾਦਾਰਾਂ ਵਾਲੀ ਹੈ ਅਜੇ ਉੱਡ ਜਾਣ ਦੇ ਸਲੀਕੇ ਸਿੱਖਦਾ ਕਿਹੋ ਜਦੋਂ ਪੰਛੀ ਅਡਾਰ ਹੋ ਗਿਆ ਤੁਸਾਂ ਤਿੰਨ ਵਾਰ ਵੋਟਾਂ ਪਾ ਜਿਤਾਈ ਪਾਰਟੀ ਤੇ ਅੱਜ ਕੱਲਾ ਮੂਸੇ ਵਾਲਾ ਕਿਉਂ ਗਦਾਰ ਹੋ ਗਿਆ ਰਾਜੀ ਕਈਆਂ ਨੂੰ ਤੇ ਕਈਆਂ ਨੂੰ ਨਿਰਾਸ਼ ਕਰਨਾ ਕੰਮ ਸੋਚਿਆ ਹੋਵੇ ਜੇ ਕੋਈ ਖਾਸ ਕਰਨਾ ਬਿਨਾਂ ਉਤਰੇ ਮੈਦਾਨਾਂ 'ਚ ਨਹੀਂ ਜਾਂਦਾ ਖੇਡਿਆ ਗੰਦਾ ਹੋਣਾ ਹੀ ਪੈਂਦਾ ਜੇ ਗੰਦ ਸਾਫ਼ ਕਰਨਾ ਕਰ ਸਬਰ ਕਿਸੇ ਨੂੰ ਯਾਰ ਮੌਕਾ ਤਾਂ ਦਿਓ ਉਹ ਇੰਨਾ ਕਾਹਦਾ ਇਹ ਦਿਮਾਗਾਂ ਉੱਤੇ ਭਾਰ ਹੋ ਗਿਆ ਤੁਸਾਂ ਤਿੰਨ ਵਾਰ ਵੋਟਾਂ ਪਾ ਜਿਤਾਈ ਪਾਰਟੀ ਤੇ ਅੱਜ ਕੱਲਾ ਮੂਸੇ ਵਾਲਾ ਕਿਉਂ ਗਦਾਰ ਹੋ ਗਿਆ ਤੇ ਅੱਜ ਕੱਲਾ ਮੂਸੇ ਵਾਲਾ ਕਿਉਂ ਗਦਾਰ ਹੋ ਗਿਆ ਜਿਹੜੇ ਗਰਦਾਰ ਕਹਿੰਦੇ ਆ ਨਾ ਮੂਸੇ ਵਾਲੇ ਨੂੰ ਜੇ ਤੁਸੀਂ ਆਪਦੇ ਪਿਓ ਦੇ ਹੋ ਨਾ ਫਿਰ ਸਿਮਰਜੀਤ ਮਾਨ ਨੂੰ ਵੋਟਾਂ ਪਾਓ ਜਿਹੜਾ ਖਾਲਸਾ ਪੰਥ ਦੇ ਨਾਲ ਮੁੱਢ ਤੋਂ ਖੜਾ ਕਿਉਂ ਝੰਡੀਆਂ ਚੱਕ ਕੇ ਬਾਦਲ ਦੇ ਮੂਹਰੇ ਤੁਰਦੇ ਹੋਏ ਕਿਉਂ ਟੋਪੀਆਂ ਦੇ ਨਾਲ ਤੁਰਦੇ ਹੋ ਆ ਜਿਹੜੇ ਵੱਡੇ ਸਮਾਜ ਸੀ ਵੀ ਕਹਾਉਂਦੇ ਆ ਵੀ ਅਸੀਂ ਬਾਹਲੇ ਚੰਗੇ ਹਾਂ ਉਹਨਾਂ ਨਾਲ ਕੰਪੈਰੀਜ਼ਨ ਕਰਦੇ ਹੋ ਉਹਨਾਂ ਦਾ ਬੈਕਗ੍ਰਾਉਂਡ ਵੀ ਚੈੱਕ ਕਰੋ ਕਿੰਨੀਆਂ ਕੁ ਮਾਵਾਂ ਦੀਆਂ ਕੁੱਖਾਂ ਜਾੜੀਆਂ ਆਈਆਂ ਉਹਨਾਂ ਨੇ ਇੱਕ ਤਾਲੂਆਂ ਜਾ ਕੇ ਜੀਭ ਲਾਉਣ ਜਾਣਦੇ ਹੋ ਜੀ ਹਾਂਜੀ ਮੂਸੇ ਵਾਲਾ ਗਦਾਰ ਹੋ ਗਿਆ ਯਾਰ ਬੰਦੇ ਨੂੰ ਮੌਕਾ ਤਾਂ ਦਿਓ ਅੱਗੇ ਆਊਗਾ ਫਿਰ ਪਤਾ ਲੱਗੂ ਕਾਂਗਰਸ ਤਾਂ ਫਿਰ ਮੁੱਢ ਤੋਂ ਜਿੱਦੀ ਆ ਰਹੀ ਆ ਤੇ ਹੁਣ ਤੁਸੀਂ ਮਨਮੋਹਨ ਸਿੰਘ ਨੂੰ ਵੀ ਚੰਗਾ ਕਹਿੰਦੇ ਰਹੇ ਹੋ ਜੀ ਹਾਂਜੀ ਮਨਮੋਹਨ ਸਿੰਘ ਚੰਗਾ ਸੀ ਮੋਦੀ ਨਾਲੋਂ ਉਹ ਵੀ ਕਾਂਗਰਸ ਦਾ ਸੀ ਫਿਰ ਯਾਰ ਇੱਕ ਬੰਦਾ ਮਾੜਾ ਹੁੰਦਾ ਕੋਈ ਸਾਰੇ ਨਹੀਂ ਮਾੜੇ ਹੁੰਦੇ ਮੌਕਾ ਦੇ ਕੇ ਦੇਖੋ ਜੇ ਕੰਮ ਨਾ ਕੀਤਾ ਤਾਂ ਫਿਰ ਕਿਹੋ ਉਹ ਸੰਨੀ ਦਿਓਲ ਜਿਤਾ ਕੇ ਤੋਰਿਆ ਸੀ ਉੱਥੇ ਉਹ ਕੌਣ ਸੀ ਵੀ ਗਦਾਰ ਹੀ ਸੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਜੱਟ ਬਾਬੇ ਟੈਲੀਵਿਜ਼ਨ ਦੇ ਨਾਲ ਦੋਸਤੋ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਜੱਟ ਬਾਬੇ ਟੈਲੀਵਿਜ਼ਨ ਦੇ ਵਿੱਚ ਲੈ ਕੇ ਸਮੇਂ ਦੀ ਇੱਕ ਹੋਰ ਖਾਸ ਅਤੇ ਵੱਡੀ ਅਪਡੇਟ ਦੋਸਤੋ ਸਿੱਧੂ ਮੂਸੇ ਵਾਲਾ ਜੋ ਕਿ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੈਸੇ ਤਾਂ ਸਿੱਧੂ ਮੂਸੇ ਵਾਲਾ ਅਜਿਹਾ ਕੋਈ ਦਿਨ ਹੀ ਨਹੀਂ ਆਇਆ ਜਾਂ ਅਜਿਹਾ ਕੋਈ ਮਹੀਨਾ ਨਹੀਂ ਆਇਆ ਜਦੋਂ ਸਿੱਧੂ ਮੂਸੇ ਵਾਲੇ ਦੀ ਚਰਚਾ ਨਾ ਰਹੀ ਹੋਵੇ, ਪਰ ਦੋਸਤੋ ਹੁਣ ਸਿੱਧੂ ਮੂਸੇ ਵਾਲੇ ਦੀ ਚਰਚਾ ਹੋਈ ਹੈ ਅਲੱਗ ਵਜ੍ਹਾ ਕਰਕੇ ਤੁਸੀਂ ਜਾਣਦੇ ਹੋ। ਅਤੇ ਦੋਸਤੋ ਸਿੱਧੂ ਦਾ ਕਾਂਗਰਸ 'ਚ ਜਾਣ ਤੋਂ ਬਾਅਦ ਵਿਰੋਧ ਵੀ ਹੋ ਰਿਹਾ ਹੈ, ਪਰ ਅੱਜ ਸਿੱਧੂ ਨੂੰ ਵੱਡੀ ਸਫਲਤਾ ਵੀ ਸੋਸ਼ਲ ਮੀਡੀਆ ਦੇ ਉੱਪਰੋਂ ਅਤੇ ਪੰਜਾਬ ਦੇ ਵਿੱਚੋਂ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਜਦੋਂ ਸਿੱਧੂ ਮੂਸੇ ਵਾਲੇ ਨੇ ਲਾਈਵ ਕੀਤਾ, ਲਾਈਵ ਕਰਨ ਤੋਂ ਬਾਅਦ ਮੰਨੋ ਸਾਰਾ ਕੁਝ ਬਦਲ ਗਿਆ, ਕਿਉਂਕਿ ਸਿੱਧੂ ਨੇ ਇਕੱਲੀ ਇਕੱਲੀ ਗੱਲ ਤਰਕ ਨਾਲ ਕਰੀ ਅਤੇ ਸਿੱਧੂ ਨੇ ਦੱਸਿਆ ਕਿ ਆਖਰ ਉਹ ਕਿਉਂ ਕਾਂਗਰਸ ਦੇ ਵਿੱਚ ਗਏ ਹਨ। ਚਾਹੇ ਦੋਸਤੋ ਕੁਝ ਕੁ ਉਹਨਾਂ ਲੋਕਾਂ ਨੇ ਸਿੱਧੂ ਨੂੰ ਨਿਸ਼ਾਨਾ ਬਣਾਇਆ ਜੋ ਕਿ ਬਹਾਨਾ ਭਾਲਦੇ ਹਨ ਕਿ ਕਦੋਂ ਸਿੱਧੂ ਮੂਸੇ ਵਾਲੇ ਉੱਪਰ ਸਵਾਲ ਚੁੱਕਣ ਦਾ ਸਾਨੂੰ ਸਮਾਂ ਮਿਲੇ, ਅਤੇ ਉਹਨਾਂ ਨੇ ਹੁਣ ਵੀ ਸਿੱਧੂ ਦੇ ਉੱਪਰ ਸਵਾਲ ਚੁੱਕਣੇ ਸ਼ੁਰੂ ਕੀਤੇ। ਖੈਰ ਸਿੱਧੂ ਨੂੰ ਵੱਡੀ ਸਪੋਰਟ ਮਿਲੀ ਹੈ ਮਿਊਜ਼ਿਕ ਇੰਡਸਟਰੀ ਦੇ ਵਿੱਚੋਂ ਵੀ, ਜਿੱਥੇ ਕਿ ਪਰਮੀਸ਼ ਵਰਮਾ ਬੋਲਿਆ ਹੈ ਸਿੱਧੂ ਦੇ ਹੱਕ 'ਚ। ਉਸ ਨੇ ਕਿਹਾ ਹੈ ਕਿ ਹਰ ਇੱਕ ਇਨਸਾਨ ਨੂੰ ਆਪਣੇ ਫੈਸਲੇ ਲੈਣ ਦਾ, ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦਾ ਹੱਕ ਹੈ, ਅਤੇ ਉਹ ਉਮੀਦ ਕਰਦੇ ਹਨ ਕਿ ਜਿਸ ਤਰ੍ਹਾਂ ਸਿੱਧੂ ਮੂਸੇ ਵਾਲਾ ਇੱਕ ਨੌਜਵਾਨ ਹਨ, ਰਾਜਨੀਤੀ ਦੇ ਵਿੱਚ ਗਏ ਹਨ, ਕੁਝ ਬਦਲਣਗੇ, ਉਸੇ ਤਰ੍ਹਾਂ ਆਮ ਨੌਜਵਾਨਾਂ ਨੂੰ ਵੀ ਰਾਜਨੀਤੀ ਦੇ ਵਿੱਚ ਦਿਲਚਸਪੀ ਦਿਖਾਉਣੀ ਚਾਹੀਦੀ ਹੈ, ਕਿਉਂਕਿ ਅਗਰ ਤੁਸੀਂ ਰਾਜਨੀਤੀ ਦੇ ਵਿੱਚ ਆਓਗੇ ਤਾਂ ਹੀ ਆਪਾਂ ਦੇਸ਼ ਨੂੰ, ਪੰਜਾਬ ਨੂੰ ਬਦਲ ਪਾਵਾਂਗੇ। ਤਾਂ ਦੋਸਤੋ ਪਰਮੀਸ਼ ਵਰਮਾ ਨੇ ਠੋਕ ਕੇ ਸਪੋਰਟ ਕੀਤੀ ਹੈ ਸਿੱਧੂ ਮੂਸੇ ਵਾਲੇ ਦੀ। ਉਸ ਨੇ ਕਿਹਾ ਹੈ ਕਿ 6 ਸਾਲ ਪਹਿਲਾਂ ਉਹ ਸਿੱਧੂ ਨੂੰ ਮਿਲੇ ਸੀ, ਸਿੱਧੂ ਨੂੰ ਜਾਣਦੇ ਸੀ 6 ਸਾਲ ਪਹਿਲਾਂ ਤੋਂ, ਪਰ ਜਿਵੇਂ ਉਹ 6 ਸਾਲ ਪਹਿਲਾਂ ਸੀ ਅੱਜ ਵੀ ਉਸੇ ਤਰ੍ਹਾਂ ਹਨ, ਨਾ ਕੋਈ ਸਿੱਧੂ ਦੇ ਵਿੱਚ ਹੰਕਾਰ ਉਦੋਂ ਸੀ ਅਤੇ ਨਾ ਅੱਜ ਹੈ। ਜਾਣੀ ਕਿ ਪਰਮੀਸ਼ ਵਰਮਾ ਦੀ ਚੰਗੀ ਅਤੇ ਗੱਡਮੀ ਸਪੋਰਟ ਮਿਲੀ ਹੈ। ਇਸ ਤੋਂ ਬਾਅਦ ਸੋਨੀਆ ਮਾਨ ਵੀ ਚਰਚਾ ਦੇ ਵਿੱਚ ਰਹਿੰਦੀ ਹੈ, ਅਤੇ ਸੋਨੀਆ ਮਾਨ ਨੇ ਵੀ ਸੇਮ ਪਰਮੀਸ਼ ਵਰਮਾ ਵਾਲੀਆਂ ਗੱਲਾਂ ਆਖੀਆਂ ਹਨ। ਉਸ ਨੇ ਵੀ ਕਿਹਾ ਹੈ ਕਿ ਯੂਥ ਨੂੰ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਹੈ, ਅਤੇ ਉਸ ਨੇ ਕਿਹਾ ਹੈ ਕਿ ਸਿੱਧੂ ਮੂਸੇ ਵਾਲੇ ਨੇ ਜਿਹੜਾ ਫੈਸਲਾ ਕੀਤਾ ਹੈ ਸਹੀ ਕੀਤਾ ਹੈ ਅਤੇ ਮੈਂ ਸਿੱਧੂ ਦੀ ਸਪੋਰਟ ਕਰਦੀ ਹਾਂ। ਅਤੇ ਸੋਨੀਆ ਮਾਨ ਦੀ ਸਟੋਰੀ ਵੀ ਸਿੱਧੂ ਨੇ ਸ਼ੇਅਰ ਕੀਤੀ ਹੈ ਨਾਲ ਹੀ। ਦੋਸਤੋ ਤੁਹਾਨੂੰ ਦੱਸ ਦਈਏ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਹੋਰ ਕਈ ਅਹਿਮ ਇਨਸਾਨਾਂ ਨੇ ਸਿੱਧੂ ਦੀ ਸਪੋਰਟ ਕਰੀ ਹੈ। ਤਾਂ ਦੋਸਤੋ ਸਿੱਧੂ ਨੂੰ ਸਪੋਰਟ ਮਿਲਦੀ ਹੋਈ ਦਿਖਾਈ ਦੇ ਰਹੀ ਹੈ, ਅਤੇ ਮਾਨਸਾ ਵਾਲੀ ਸੀਟ ਇਸ ਵਾਰ ਜ਼ਰੂਰ ਫਸੇਗੀ। ਬਾਕੀ ਦੋਸਤੋ ਅਗਰ ਕਾਂਗਰਸ ਦੇ ਵਿੱਚ ਜਾਣ ਦੀ ਗੱਲ ਹੈ ਤਾਂ ਹਰ ਇੱਕ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦਾ ਹੱਕ ਹੈ, ਜਿਵੇਂ ਕਿ ਪਰਮੀਸ਼ ਵਰਮਾ ਆਖ ਚੁੱਕੇ ਹਨ। ਹੋ ਸਕਦਾ ਹੈ ਸਿੱਧੂ ਰਾਜਨੀਤੀ ਦੇ ਵਿੱਚ ਗਏ ਹਨ, ਕੁਝ ਬਦਲੀ ਜਾਵੇ, ਕਿਉਂਕਿ ਪਹਿਲਾਂ ਤਾਂ ਇੰਨੇ ਸਾਲਾਂ ਦੇ ਵਿੱਚ ਨਹੀਂ ਬਦਲਿਆ। ਹੋ ਸਕਦਾ ਹੈ ਸਿੱਧੂ ਮੂਸੇ ਵਾਲਾ ਕੁਝ ਬਦਲ ਦੇਣ ਅਗਰ ਕਾਂਗਰਸ ਜਿੱਤਦੀ ਹੈ, ਕਿਉਂਕਿ ਦੋਸਤੋ ਸਿੱਧੂ ਮੂਸੇ ਵਾਲੇ ਨੂੰ ਫੇਮ ਦੀ ਤਾਂ ਭੁੱਖ ਹੈ ਨਹੀਂ। ਅਗਰ ਉਹ ਰਾਜਨੀਤੀ ਦੇ ਵਿੱਚ ਗਏ ਹਨ ਤਾਂ ਕੁਝ ਕਰਨ ਦੇ ਲਈ ਗਏ ਹਨ, ਨਾ ਸਿੱਧੂ ਨੂੰ ਪੈਸਿਆਂ ਦੀ ਭੁੱਖ ਹੈ, ਨਾ ਸਿੱਧੂ ਨੂੰ ਕੋਈ ਮਸ਼ਹੂਰੀ ਦੀ ਭੁੱਖ ਹੈ ਕਿ ਸਿੱਧੂ ਮਸ਼ਹੂਰ ਹੋਣ। ਸਿੱਧੂ ਪਹਿਲਾਂ ਹੀ ਬਹੁਤ ਫੇਮਸ ਹਨ ਅਤੇ ਸਿੱਧੂ ਰਾਜਨੀਤੀ ਦੇ ਵਿੱਚ ਗਏ ਹਨ, ਕੁਝ ਨਾ ਕੁਝ ਵਧੀਆ ਜ਼ਰੂਰ ਕਰਨਗੇ। ਇਸ ਕਰਕੇ ਦੋਸਤੋ ਵਧੀਆ ਸੋਚੋ, ਚੰਗਾ ਸੋਚੋ,
चंगा ही होगा। खास करके जोड़े सिद्धू के चाहण वाले हैं, मैं उन्होंने अपील करदा क्योंकि बहुत सारे लोगों के मैसेज आ रहे थे कि सिद्धू ने गलत किया। तो दोस्तों सिद्धू को थोड़ा समां दो, अगर सिद्धू राजनीति दे विच जितता है उस तो बाद कोई काम नहीं करता तो आप फिर कह सकते हैं कि सिद्धू ने गलत किया। स्वाद लो सिद्धू राजनीति दे विच गया है अते यह अरदास करो कि सिद्धू इस बार जिते अते मानसा दे लोकां दा पंजाब दे लोकां दा भला होवे। धन्यवाद, रब रखा।